ਯਾਰ ਇੱਕ ਬੰਦੇ ਦਾ ਮੈਸੇਜ ਆਇਆ ਕਿ ਪਾਟੀ ਜਿਹੜੇ ਹੁੰਦੇ ਨੇ ਉਹਨਾਂ ਦੀ ਯੂਨੀਵਰਸਿਟੀ ਵੀ ਪਾਰਟੀਆਂ ਤੇ ਅਜੂਬਿਆਂ ਲਈ ਹੋਣੀਆਂ ਤੇ ਮੈਂ ਆਖਿਆ ਯਾਰ ਕਿਉਂ ਨਾ ਤੋਨ ਆਪਣੀ ਅਜੂ ਯੂਨੀਵਰਸਿਟੀ ਦੀ ਤਕਾਈ ਜਾਵੇ ਆ ਗੱਲ ਤੇ ਮੈਨੂੰ ਬੱਜ ਦੀ ਕਾਫੀ ਪਸੰਦ ਆਈ ਕਿਉਂਕਿ ਜਿਵੇਂ ਜਮੂ ਉਹਦੀ ਚਾਂਡ ਤੇ ਮੈਂ ਆਖਿਆ ਯਾਰ ਬਾਕੀ ਸਾਡੀ ਕੋ ਯੂਨੀਵਰਸਿਟੀ ਹੋਣੀ ਤੇ ਇੰਜ ਦੀ ਆ ਫਿਰ ਮੈਂ ਕਿਹਾ ਕੀਤਾ ਯਾਰ ਅੱਲਾ ਅੱਲਾ ਕਰਦਿਆਂ ਮੈਂ ਘਰ ਛੱਡਿਆ ਤੇ ਮੈਂ ਨਿਕਲਿਆ ਉਸ ਰੋਡ 'ਆਲ ਪਰ ਸੂਰਜ ਵੀ ਨਾ ਦੋਖੇ ਫਰਾ ਸ਼ੋਕ ਨਿਕਲਿਆ ਤੇ ਮੈਂ ਅਦਾ ਉਸਮਾਨ ਦਾ ਵੀ ਉਹ ਹੀ ਤਬਦੀਲ ਕਰ ਛੱਡਿਆ ਸ ਮੈਂ ਖਿਆ ਯਾਰ ਚਲੋ ਇਹ ਨਵਾਂ ਨਾਦ ਹੋ ਕੇ ਨਿਕਲਿਆ ਕਿਉਂ ਨਾ ਆਪਣੀ ਵੀ ਵੀਡੀਓ ਵਿੱਚ ਬਣਾ ਲਈ ਜਾਵੇ। ਬਾਈ ਇੱਥੇ ਯੂਕੇ ਦੇ ਬਈ ਲੋਕੀ ਆਮ ਤੇ ਬੜੇ ਭੁੱਖੇ ਨੇ ਤੇ ਲੋਕਾਂ ਜਿਹੜਾ ਨਾ ਆਂਬ ਲਾਏ ਹੁੰਦੇ ਰੋਡਾਂ ਤੇ। ਚਲੋ ਯਾਰ ਮੈਂ ਹੁਣ ਸਟੇਸ਼ਨ ਉੱਪਰ ਗਿਆ ਤੇ ਮੈਂ ਆਪਣਾ ਕਾਰਡ ਸਕੈਨ ਕਰਕੇ ਟ੍ਰੇਨ ਲੈਂਦਾ ਤੇ ਅਗੋ ਯੂਨੀਵਰਸਿਟੀ ਜਾਂਦਾ। ਇਹ ਸਾਰਾ ਮਪੈਲ ਤਕਾਇਆ ਤੇ ਮੇਰਾ ਅੱਜ ਮਕਸਦ ਹੈ ਤੁਹਾਡੇ ਕੋ ਜਿਹੜੇ ਸਵਾਲ ਲੈਣ ਉਹਨਾਂ ਦਾ ਵੀ ਜਵਾਬ ਦੇ ਦਿੱਤਾ ਜਾਵੇ। ਭਾਈ ਮੇਰੇ ਸਾਡੇ 7.5 ਲੱਗਦੇ ਨਾ ਕਰੋ ਯੂਨੀਵਰਸਿਟੀ ਯੂਨੀਵਰਸਿਟੀ ਉਹ ਘਰ ਤੇ ਅਗਰ ਮੈਂ ਤਰੇਵਾਰੀ ਯੂਨੀਵਰਸਿਟੀ ਜਾਵਾਂ ਤੇ 7 21 22 23 ਪਾਉਣ ਜੜਾ ਨੇ ਮੇਰੇ ਲੱਗ ਪੈਂਦੇ ਭਾਈ ਉਸ ਬੰਦੇ ਦੀ ਗੱਲ ਤੇ ਮੈਨੂੰ ਸੱਚੀ ਲੱਗਦੀ ਆ ਕਿਉਂਕਿ ਮੈਂ ਯੂਨੀਵਰਸਿਟੀ ਇੰਟਰ ਹੋਣ ਲੱਗਦਾ ਨਾ ਤਾਂ ਮੈਨੂੰ ਬੜੀ ਕਮਬੜੀ ਜੀ ਫੀਲਿੰਗ ਆ ਮਿੰਦੀ ਯਾਰ ਬਿਲਡਿੰਗ ਹੀ ਕੋ ਬੜੀ ਉਪਰੀ ਜੀ ਇਹ ਕੋਚਾਸ ਤੇ ਉਹ ਸਲੇ ਬਿਲਡਿੰਗ ਨਹੀਂ ਹੈ ਇਹ ਸਾਹਮਣੇ ਜਿਹੜਾ ਬਾਂਦਰ ਜਨ ਨਹੀਂ ਬਣਿਆ ਅਜ ਤੱਕ ਲੋਕ ਮੈਂ ਫੋਟੋ ਵੀ ਬਣਵਾਈ ਆ ਯਾ ਆਪਣੀ ਸੋਹਣੀ ਜੀ ਤੇ ਸਾਡੀ ਯੂਨੀਵਰਸਿਟੀ ਦਾ ਮੇਨ ਹਾਲ ਹੈ ਜਿਵੇਂ ਇੰਟਰ ਹਾਸੋ ਨੇ ਤੇ ਇਹ ਤੁਹਾਡੇ ਸਾਹਮਣੇ ਜਿਹੜਾ ਨਾ ਸਿਸਟਮ ਆ ਵੇ ਕਾਫੀ ਲੋਕ ਗਿਆ ਦਿਨ ਵੀ ਇਹ ਤੁਸ਼ਾ ਫੁੱਟ ਬੁਸ਼ ਚ ਪੜਦਾ ਬਾਈ ਇਹ ਸ਼ੈਫ ਫੁੱਟ ਬੁਸ਼ ਨਹੀਂ ਹੈ ਲੰਡਨ ਕੈਂਪਸ ਹੈ ਵਾਟਰਲੂ ਦੇ ਵਿੱਚ ਵਾਟਰਲੂ ਜਿਹੜਾ ਨਾ ਵਾਟਰਲੂ ਵਾਲਾ ਕੈਂਪਸ ਹੈ ਨਾ ਦਿਨ ਮੈਂ ਨਹੀਂ ਮਜ਼ੀਦ ਪਤਾ ਲੇਕਿਨ ਮੈਂ ਵਾਟਰਲੂ ਵਾਲੇ ਚ ਪੜਦਾ ਮੈਂ ਜਿੰਨਾ ਪਤਾ ਯੂਨੀਵਰਸਿਟੀ ਮਾੜੀ ਹੈ ਚੰਗੀ ਹੈ ਮੈਂ ਨਹੀਂ ਪਤਾ ਲੇਕਿਨ ਇਹਨਾਂ ਵਿੱਚ ਨਰਸੇ ਵਾਲੀਆਂ ਟ੍ਰੇਨਾਂ ਲਾਈਆਂ ਜਿਹੜੀਆਂ ਸਨ ਸਾਡੇ ਫਲੋਰ ਤੇ ਲੈ ਬੈਂਦੀਆਂ ਉਹਨਾਂ ਬਾਕੀ ਪਣਾ ਪੋੜੀਆਂ ਵੀ ਹੈਨ ਲੇਕਿਨ ਤੁਸੀਂ ਪੋੜੀਆਂ ਥੱਕ ਬਾਈਓ ਜਿਸ ਪੰਜਵੇਂ ਤੇ ਮੈਨਾ ਉਹ ਕਿਦੋਂ ਯਾਰ ਪੋੜੀਆਂ ਯੂਜ਼ ਕਰੇ ਇੱਕ ਵਾਰੀ ਮੈਂ ਤਰੀਗੇ ਤੇ ਮੈਨਾ ਤੇ ਭਾਈ ਮੈਂ ਟੋਲ ਟੋਲ ਕੇ ਓਏ ਹੋਏ ਮੇਰੀ ਤਾਂ ਬਿਨਾ ਪਟੀ ਗਈ ਬਾਈ ਤੇ ਮੈਂ ਨਿਕਲਿਓ ਆਸਟ੍ਰੇਲ ਚੋ ਤੇ ਮੈਂ ਜੜਾ ਨਾ ਆਪਣੀ ਕਲਾਸ ਆ ਲ ਗਿਆ ਉਸ ਬਾਈ ਸਾਡੀ ਕਲਾਸ ਦਾ ਪਤਾ ਨਹੀਂ ਬੂਆ ਕਿਉਂ ਖੁੱਲੇ ਆਉਂਦਾ ਕਿ ਇਹ ਨਾ ਤੇ ਕੇ ਨਾ ਉਸਤਾਦ ਬੂਆ ਖੋਲ ਜੜਦਾ ਉਤੋਂ ਪਾਲਾ ਐਡਾ ਹੁੰਦਾ ਕਿ ਸਰਦੀ ਲੱਗਦੀ ਤੇ ਬਾਕੀ ਯਾਰ ਐ ਸਾਡਾ ਕਲਾਸ ਰੂਮ ਹੈ ਵੇਖ ਲਓ ਹੈ ਮਾੜਾ ਚੰਗਾ ਤੁਸੀਂ ਆਪੇ ਹੀ ਡਿਸਾਈਡ ਕਰਨਾ ਮੇਰੇ ਹਿਸਾਬ ਨਾਲ ਯਾਰ ਚਲੋ ਜੀ ਵਜੂ ਮੂ ਵਜੀ ਚਾਂਡੇ ਠੀਕ ਹੀ ਯਾਰ ਬਈ ਕਈਆਂ ਜਮਾਤਾਂ ਵਿੱਚ ਲੱਗੇ ਆ ਤੇ ਕਈਆਂ ਵਿੱਚ ਕੋਈ ਨਹੀਂ ਇੱਧੇ ਵਿੱਚ ਨਸਨ ਉੱਤੇ ਕੋਈ ਚਟੰਗੀ ਹੈ ਤੇ ਇੱਧੇ ਵਿੱਚ ਕੋਈ ਤਸਵੀਰ ਜੀ ਨਿਕਲ ਕੇ ਦੀਵਾਰ ਤੇ ਹੁੰਦੀ ਹੈ ਤੇ ਇੱਧੇ ਚੋਈ ਕੋਈ ਉਹ ਪੜਾਂਦੇ ਪੜੁੰਦਨ ਤੇ ਕੋਈ ਨਹੀਂ ਦਾ ਸਿਸਟਮ ਹੈ ਬਹਾਰ ਤੇ ਕਲਾਸ ਲਈ ਡੇਢ ਇੱਕ ਘੰਟਾ ਤੋਂ ਉੱਤੋਂ ਬ੍ਰੇਕ ਹੋ ਗਈ ਤੇ ਮੈਂ ਕਹਾਂ ਚਲੋ ਯਾਰ ਰੋਟੀ ਦਾ ਇਤਮਾਮ ਕੀਤਾ ਜਾਵੇ ਤੇ ਫਿਰ ਅਸੀਂ ਨਿਕਲੇ ਉਸ ਸੰਗੀਆਂ ਨਾਲ ਤੇ ਅਸੀਂ ਅੱਪੜ ਗਏ ਉਸ ਇੱਥੇ ਜਿਹੜਾ ਨਾ ਕੁਸ਼ਵਾਰਮਾ ਸ਼ਾਪ ਆਈਏ ਕੋਚੜਨ ਇਹਨਾਂ ਨੂੰ ਕੀ ਆਦਿਓ ਪਰਲੇ ਨਹੀਂ ਯਾਰ ਉਹ 터ਕਿਸ਼ ਇਹ 터ਕਿਸ਼ ਹੈ ਜੀ ਇੱਥੋਂ ਜਿਹੜਾ ਨਾ ਸੀ ਚਿਪਸ ਲਈ ਤੇ ਅਸੀਂ ਵਧੇ ਆਪਣੀ ਕਲਾਸ ਰੂਮ ਆ ਮੇਰੇ ਕੋਰਸ ਦਾ ਨਾਮ ਹੈ ਜੀ ਮਾਸੀ ਅਕਾਊਂਟਿੰਗ ਐਂਡ ਫਾਈਨੈਂਸ ਐਡਵਾਂਸ ਡਿਪਲੋਮਾ ਰੂਟ ਜਿੱਦੇ ਵਿੱਚ ਮੈਂ ਡਿਪਲੋਮਾ ਲਾ ਸਿਸਟਮ ਮੁਕਾ ਲਿਆ ਤਰੇਟਾ ਮਾਂ ਵਿੱਚ ਤੇ ਹੁਣ ਮੈਂ ਮਾਸੀ ਦੇ ਪਾਸੇ ਆ ਮੈਂ ਹੁਣ ਮਾਸੀ ਦੀ ਟਰਮ ਪਹਿਲੀ ਵਿੱਚ ਯਾਰ ਅਗਰ ਕਿਸੇ ਗੱਲ ਦੀ ਸਮਝ ਨਾ ਆਂਦੀ ਪਈ ਹੋਵੇ ਕਮੈਂਟ ਵਗੈਰਾ ਕਰਕੇ ਪੁੱਛ ਲਈ ਕਰੋ ਐ ਤਾਂ ਬਾਕੀ ਯਾਰ ਲੋਕ ਇਹ ਵੀ ਪੁੱਛਦੇ ਨੇ ਤੂੰ ਕਿੱਥੇ ਦਾ ਕੋਈ ਆਦਾ ਚਕਵਾਲ ਦਾ ਕੋਈ ਆਦਾ ਮੰਡੀ ਦਾ ਤੇ ਕੋਈ ਕਿੱਦੇ ਦਾ ਤੇ ਕੋਈ ਕਿੱਦੇ ਦਾ ਭਾਈ ਮੈਂ ਆ ਸਰਗੋਧ ਦੇ ਦਾ ਸਰਗੋਧ ਦਾ ਸ਼ਹਿਰ ਸੁਣਿਆ ਮੈਂ ਉੱਥੇ ਦਾ ਉਈ ਜਦੋਂ ਦਾ ਮੈਂ ਕੋਈ ਇੰਸਟਾਗ੍ਰam ਵਗੈਰਾ ਯੂਜ਼ ਕਰਨ ਲੱਗਾ ਨਾ ਉਦੋਂ ਤੇ ਹੀ ਮੇਰੇ ਕੋਈ ਮਾਰ ਕੇ 20 ਫਾਲੋਅਰ ਆਣ ਤੇ ਹੁਣ ਮੈਂ ਜਿਹੜਾ ਨਾ ਜਾ ਕੇ ਵੇਖਦਾ ਤੇ ਅਜੇ ਵੀ 20 ਆ ਯਾਰ ਉਦੇ ਵਿੱਚ ਜਾ ਕੇ ਕੋਈ ਇਜ਼ਾਫਾ ਕਰ ਛੱਡੋ ਆਏ ਨੇ ਤਾਂ ਬੜੀ ਮਿਹਰਬਾਨੀ ਤੁਹਾਡੀ ਭਾਈ ਹੁਣ ਵੀਡੀਓ ਵੇਖਦੇ ਪਿਓ ਗਰੀਥੇ ਤਾਂ ਕਾਗੇ ਉਹ ਤੇ ਡਬਲ ਉਂਗਲੀ ਵੀ ਮਾਰ ਛੱਡੋ ਨਾ ਤਾਂ ਕਿ ਮੈਨੂੰ ਕੋ ਪਤਾ ਲੱਗ ਜਾਵੇ ਤੁਸੀਂ ਮੇਰੀ ਵੀਡੀਓ ਵੇਖ ਲਈ ਚਲੋ ਯਾਰ ਛੱਡੋ ਸਾਰੀਆਂ ਗੱਲਾਂ ਫालतੂ ਦੀਆਂ ਤੇ ਕਲਾਸਰੂਮ ਚ ਬਹਿ ਕੇ ਨਾ ਅਸੀਂ ਰੋਟੀ ਬਕਾਉਂਦੇ ਤੇ ਉੱਥੋਂ ਇੱਕ ਸ਼ਿਕਰਾ ਆ ਗਿਆ ਉਹ ਆਦਾ ਕਿ ਯਾਰ ਕਲਾਸਰੂਮ ਦੇ ਵਿੱਚ ਰੋਟੀ ਨਹੀਂ ਹਲਾਓ ਥੱਲੇ ਜਿਹੜਾ ਨਾ ਤੁਸੀਂ ਲੱਗੇ ਜਾਓ ਬੇਸਮੈਂਟ ਵਿੱਚ ਉੱਥੇ ਜਾ ਕੇ ਖਾਓ ਉਹ ਆਦਾ ਬਈ ਕਲਾਸ ਚ ਚੂਹੇ ਆ ਜਾਂਦੇ ਨੇ ਇਸ وجہ ਤੋਂ ਨਾ ਅਸੀਂ ਅਲਾਉ ਨਹੀਂ ਕਰਦੇ ਤੇ ਅਸੀਂ ਆਖਿਆ ਭਾਈ ਠੀਕ ਐ ਅਸੀਂ ਨੋਕਰ ਅਸੀਂ ਥੱਲੇ ਲੱਗੇ ਜਾਂਦੇ ਆ ਲੇਕਿਨ ਅਸੀਂ ਵੀ ਕੋਈ ਨਾ ਗਏ ਥੱਲੇ ਅਸੀਂ ਆਖਿਆ ਯਾਰ ਅੱਜ ਦੀ ਤਾਂ ਮਾਫੀ ਦਿਓ ਨਾ ਅੱਜ ਦਾ ਖਾਣ ਦਿਓ ਫਿਰ ਅਸੀਂ ਸਾਰੀ ਰੋਟੀ ਮੁਕਾਈ ਤੇ ਮੋੜ ਅਸੀਂ ਗਏ ਉੱਥੇ ਯਾਰਾ ਟੀਚਰ ਬੜੀ ਬਿਸਤੀ ਕਰਦਾ ਤਾਂ ਬੜਾ ਡਰ ਲੱਗਦਾ ਇੱਦੇ ਤੋਂ ਤੇ ਜਿਹੜਾ ਨਾ ਮੈਂ ਉਹ ਗੁੱਟ ਵਿੱਚ ਪਿੱਛੇ ਵੇਦੇ ਪਿਓ ਸੀਟਾਂ ਉੱਤੇ ਜਾ ਕੇ ਬਹਿਣਾ ਬਾਕੀ ਯਾਰ ਛੁੱਟੀ ਹੋ ਗਈਏ ਤੇ ਅਸੀਂ ਆਖਿਆ ਚੱਲ ਜੀਏ ਥੱਲੇ ਯਾਰ ਹੁਣ ਵਾਪਸ ਚੱਲੀਏ ਕੀ ਹੋ ਗਈ ਇਤਨਾ 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 ਤੇ ਸਾਰੀ ਜ਼ਿੰਦਗੀ ਨਹੀਂ ਪੜਿਆ ਜਿਤਨਾ ਅੱਜ ਪਾੜ ਛੱਡਿਆ ਯਾਰ ਇੱਕ ਮਾਈ ਪੁੱਛਿਆ ਕਿ ਜਿਹੜਾ ਨਾ ਸਾਲ ਦੀ ਫੀਸ ਕਿੰਨੀ ਦਿੰਦਾ ਮੈਂ ਆਖਿਆ ਯਾਰ ਮੈਨੂੰ ਤਾਂ ਕੋਈ ਨਹੀਂ ਸਾਲ ਦਾ ਪਤਾ ਇਤਨਾ ਮੈਨੂੰ ਪਤਾ ਹੈ ਕਿ 21000 ਜਿਹੜੀ ਇਹਨੂੰ ਮੇਰੇ ਪੂਰੇ ਕੋਰਸ ਦੀ ਫੀਸ ਹੈ ਜਿਹੜਾ 2.5 ਸਾਲਾਂ ਦਾ ਤੇ ਉਹਦੀਆਂ ਇੰਨਸਟਾਲਮੈਂਟਾਂ ਬਣਾਈਆਂ ਨੇ ਕੋਮਾ 4000 ਉੱਥੋਂ ਦੇ ਕੇ ਆਇਆ ਹੱਸ ਤੇ ਬਾਕੀ 30 ਦਾ 50 ਦਾ ਤੇ ਬਾਕੀ ਯਾਰ ਐਵੇਂ ਕੋਈ ਚਰਸੀ ਜਿੱਥੇ ਦਾ ਇਹਨਾਂ ਮੈਂ ਰੋਜ਼ਾਨਾ ਹੀ ਕੋਈਦਾ ਆਪਣੇ ਘਰ ਵਾਪਸ ਮੈਂਦੇ ਆ ਬਾਕੀ ਯਾਰ ਅਸੀਂ ਅਗਲੀ ਵੀਡੀਓ ਵਿੱਚ ਮਿਲਦੇ ਆ ਤੇ ਆਹ ਵੇਖੋ ਪਾਕਿਸਤਾਨ ਜ਼ਿੰਦਾਬਾਦ ਤੇ Imran Khan ਜ਼ਿੰਦਾਬਾਦ ਹੈ ਸਲੂਟ ਹੋ ਗਿਆ ਸਾਰਾ